ਅੰਮ੍ਰਿਤਸਰ ਦੇ ਗੋਪਾਲ ਨਗਰ ਵਿੱਚ ਪਿਛਲੇ ਦਿਨ ਹੀ ਪੁਰਾਣਾ ਘਰ ਦੇ ਬਾਹਰ ਦੋ ਨੌਜਵਾਨ ਬੈਕ ਹੋ ਕੇ ਫਰਾਰ ਹੋ ਗਏ ਸਨ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਜਿਸ ਦੇ ਬਾਅਦ ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਮੋਟਰਸਾਈਕਲ ਨੰਬਰ ਦਾ ਪਤਾ ਲਗਾਇਆ ਅਤੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਕਾਬੰਦੀ ਦੌਰਾਨ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦੇ ਆਲਾ ਅਧਿਕਾਰੀਆਂ ਦੇ ਮੁਤਾਬਕ ਜਵਾਨਾਂ ਉੱਤੇ 2016 ਦੇ ਬਾਅਦ ਲਗਭਗ 4 ਸਨੈਚਿੰਗ ਦੇ ਮਾਮਲੇ ਦਰਜ ਹਨ ਅਤੇ ਦੋਨੋਂ ਨੌਜਵਾਨ ਜ਼ਿਆਦਾਤਰ ਔਰਤਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਕਿਰਾਏਦਾਰ ਦਾ ਲੈ ਕੇ ਆਏ ਸਨ ਤਾਂ ਕਿ ਪਹਿਚਾਣ ਨਾ ਹੋ ਸਕੇ ਅਤੇ ਪੁਲਿਸ ਉਹਨਾਂ ਤੱਕ ਨਾ ਪਹੁੰਚ ਸਕੇ। ਪੁਲਿਸ ਮੁਤਾਬਕ ਦੋਨਾਂ ਨੌਜਵਾਨਾਂ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਇਹ ਯਾਰ 31/5/19 ਨੂੰ ਇੱਕ ਵਾਰਦਾਤ ਹੋਈ ਸੀਗੀ। ਇੱਕ ਲੇਡੀ ਸੀਗੀ ਵੀਨਾ, ਇਹ ਹੈਲਥ ਡਿਪਾਰਟਮੈਂਟ ਨਸ਼ਹਿਰਾ ਪਨਵਾਲ ਪੋਸਟਡ ਸੀ। ਇਹ ਜਦੋਂ ਆਪਣੇ ਘਰ ਵਾਪਸ ਆਈ, ਆਪਣੇ ਘਰ ਦੇ ਅੰਦਰ ਐਂਟਰ ਹੋਣ ਲੱਗੀ ਤਕਰੀਬਨ 1 ਵਜੇ, ਇਹ ਗੋਪਾਲ ਨਗਰ ਮਜੀਠਾ ਰੋਡ। ਇਹ ਦੋ ਸਨੈਚਰ ਆਏ ਮੋਟਰਸਾਈਕਲ 'ਤੇ, ਇਹਨਾਂ ਨੇ ਉਹਨੇ ਹੱਥ ਵਿੱਚ ਨਾ ਬੈਗ ਫੜਿਆ ਸੀਗਾ ਪਲਾਸਟਿਕ ਦਾ, ਔਰ ਉਹ ਖੋਣ ਲੱਗੇ ਅਤੇ ਉਹ ਖੋਣ ਦੇ ਦੌਰਾਨ ਹੀ ਉਹਨੇ ਛੱਡਿਆ ਨਹੀਂ, ਜਿਸ ਕਰਕੇ ਉਹ ਇਹਨਾਂ ਨੇ ਉਹਨੂੰ ਘਸੀਟਿਆ, ਉਹ ਥੱਲੇ ਡੇਗੀ ਪਰ ਸੱਟ ਤੋਂ ਤਾਂ ਬਚਾਅ ਹੋ ਗਈ, ਪਰ ਕਾਫੀ ਜਿਹੜੀ ਹੈ ਵੀਡੀਓ ਵਾਇਰਲ ਹੋਈ। ਉਸ ਤੋਂ ਬਾਅਦ ਫਿਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਸਨੈਚਰ ਆਏ ਆਈਡੈਂਟੀਫਾਈ ਹੋਏ, ਆਈਡੈਂਟੀਫਾਈ ਹੋਣ ਤੋਂ ਬਾਅਦ ਕੱਲ੍ਹ ਇਹਨਾਂ ਨੂੰ ਅਸੀਂ ਜਿਹੜਾ ਸੀ ਫੋਰੈਸ ਚੌਂਕ ਲਾਗੋਂ ਗ੍ਰਿਫਤਾਰ ਕੀਤਾ। ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਰਿਕਵਰ ਹੋ ਗਿਆ, ਜਿਹੜੇ ਪੈਸੇ ਖੋਏ ਸੀ ਇਹਨਾਂ ਨੇ ਉਹ ਵੀ ਉਹਨਾਂ ਕੋਲ ਇਹਨਾਂ ਕੋਲ ਰਿਕਵਰ ਹੋ ਚੁੱਕੇ। ਸਰ ਜਿਹੜਾ ਮੋਟਰਸਾਈਕਲ ਹੈ ਸਰ, ਇਹਦੀ ਕੀ ਸ਼ਨਾਖਤ ਹੋਈ ਸੀ? ਮੋਟਰਸਾਈਕਲ ਦੀ ਸ਼ਨਾਖਤ ਹੋਈ ਇਹਨਾਂ ਵਿੱਚ, ਜਿਹੜਾ ਇੱਕ ਸਨੈਚਰ ਹੈ ਸਾਹਿਲ, ਇਹਦਾ ਜਿਹੜਾ ਕਿਰਾਏਦਾਰ ਹੈ ਭਾਰਤ ਭੂਸ਼ਣ, ਇਹ ਉਹਦੇ ਕੋਲੋਂ ਮੰਗ ਕੇ ਲੈ ਕੇ ਆਇਆ ਸੀਗਾ। ਕਹਿੰਦਾ ਮੈਂ 10 ਮਿੰਟ ਜਾਣਾ ਮੈਨੂੰ ਮੋਟਰਸਾਈਕਲ 'ਤੇ, ਅਤੇ ਆਪਣੇ ਨਾਲ ਦੇ ਦੋਸਤ ਨੂੰ ਲਿਆ ਕੇ ਨਾਲ ਤੋਂ ਉਹਦੇ ਵਾਰਤਾ ਕਰ ਦਿੱਤੀ। ਸਰ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਇਨਵੋਲਵ ਸਾਹਿਲ ਅਤੇ ਪਹਿਲਾਂ ਕ੍ਰਾਈਮ? ਪਹਿਲਾਂ ਇਹ ਜਿਹੜੇ ਦੋਨੇ ਦੋਸ਼ੀ ਫੜੇ ਆ, ਸਾਹਿਲ ਐਂਡ ਵਿਸ਼ਾਲ, ਇਹਨਾਂ ਨੇ ਪਹਿਲਾਂ ਵੀ ਕਾਫੀ ਵਾਰਦਾਤਾਂ ਕੀਤੀਆਂ ਸੀਗੀਆਂ, 4 ਪਰਚੇ ਇਹਨਾਂ ਦੇ ਪਹਿਲਾਂ ਦਰਜ ਨੇ, ਪਰ 2016 ਤੋਂ ਬਾਅਦ ਇਹਨਾਂ ਦੇ ਕੋਈ ਪਰਚਾ ਦਰਜ ਨਹੀਂ ਸੀਗਾ ਅਤੇ ਕ੍ਰਾਈਮ ਨੂੰ ਛੱਡ ਚੁੱਕੇ ਸੀ, ਦੁਬਾਰਾ ਇਹਨਾਂ ਨੇ ਕ੍ਰਾਈਮ ਸ਼ੁਰੂ ਕੀਤਾ ਹੈ। ਨਹੀਂ ਫਿਲਹਾਲ ਨਸ਼ੇ ਬਾਰੇ ਕੋਈ ਇਹਨਾਂ ਦੀ ਜਾਣਕਾਰੀ ਨਹੀਂ ਸਾਨੂੰ ਆਈ ਵੀ ਨਸ਼ਾ ਕਰਦੇ ਆ। ਸਰ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜੀ ਹੈ ਸੋਲਵ ਕੇਸ ਸੋਲਵ ਹੋਇਆ, ਇਹਦੇ ਸੀਸੀਟੀਵੀ ਦਾ ਬੜਾ ਰੋਲ ਹੈ। ਜਿਹੜੇ ਲੋਕਾਂ ਨੇ ਹਾਲੇ ਵੀ ਸੀਸੀਟੀਵੀ ਨਹੀਂ ਲਵਾ ਰਹੇ, ਉਹਨਾਂ ਨੂੰ ਸਾਡੇ ਰਾਹੀਂ ਕੀ ਸੁਨੇਹਾ ਦਿਓਗੇ? ਉਹਨਾਂ ਨੂੰ ਅਸੀਂ ਉਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸੀਸੀਟੀਵੀ ਸਪੈਸ਼ਲੀ ਕੱਟ ਕਰਨਾ ਚਾਹੁੰਦਾ। ਸਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਹੜੇ ਸੀਸੀਟੀਵੀ ਕੈਮਰੇ ਆ ਇਹ ਜ਼ਰੂਰ ਲਗਾਏ ਜਾਣ, ਖਾਸ ਕਰਕੇ ਜਿਹੜੇ ਆਪਣੀਆਂ ਸ਼ੋਪਸ ਨੇ, ਮਾਲਸ ਨੇ ਜਾਂ ਵੱਡੇ ਆਪਣੇ ਸ਼ੋਰੂਮ ਨੇ, ਉਹਨਾਂ ਦੇ ਬਾਹਰ ਲੋਕ ਲਗਵਾਏ ਜਾਣ, ਉਹਨਾਂ ਦੀ ਕਵਰੇਜ ਸਹੀ ਰੱਖੀ ਜਾਵੇ। ਆਮ ਕਰਕੇ ਮੈਕਸੀਮਮ ਸੀਸੀਟੀਵੀ ਕੈਮਰਾ ਲੱਗਦਾ ਜਦੋਂ ਕਿਤੇ ਲੋੜ ਪੈਂਦੀ ਚੈੱਕ ਕਰਨ ਦੀ, ਉਹਨਾਂ ਦੇ ਆਪਦਾ ਦਰਵਾਜ਼ਾ ਹੀ ਬਸ ਕਵਰ ਕਰ ਲਿਆ ਹੁੰਦਾ, ਜਿਸ ਨਾਲ ਕੋਈ ਵੀ ਮਸਲਾ ਨਹੀਂ ਹੁੰਦਾ। ਕਮ ਸੇ ਕਮ ਇਹਨੂੰ ਜਿਹੜਾ ਅਗਲਾ ਰੋਡ ਆ ਜਾਂ ਪਾਰਕਿੰਗ ਆ ਉਹ ਕਵਰ ਹੋਣੀ ਚਾਹੀਦੀ ਸੀਸੀਟੀਵੀ ਵਿੱਚ, ਔਰ ਨਾਈਟ ਵਿਜ਼ਨ ਹੋਣਾ ਚਾਹੀਦਾ ਕੈਮਰਾ। ਇਹਦੇ ਵਿੱਚ ਜਿਹੜਾ ਇਹ ਮੁਕੱਦਮਾ ਟਰੇਸ ਹੋਇਆ ਉਹ ਸਾਹਮਣੇ ਘਰ ਦੇ ਅੱਗੇ ਸੀਸੀਟੀਵੀ ਕੈਮਰੇ ਲੱਗੇ, ਜਿਸ ਕਰਕੇ ਮੁਕੱਦਮਾ ਟਰੇਸ ਹੋਇਆ ਅਤੇ ਦੋਸ਼ੀ ਛੇਤੀ ਗ੍ਰਿਫਤਾਰ ਹੋ ਗਏ। ਨਾ ਹੁੰਦੇ ਇਹਨਾਂ ਦੁਬਾਰਾ ਕ੍ਰਾਈਮ ਸ਼ੁਰੂ ਕੀਤਾ ਸੀ, ਹੋਰ ਕਿੰਨੀਆਂ ਵਾਰਦਾਤਾਂ ਅੱਗੇ ਕਰ ਸਕਦੇ? ਪਰਚਾ ਕਿਹੜਾ ਦਰਜ ਹੋਇਆ? ਪਰਚਾ 380B ਦਾ ਦਰਜ ਹੋਇਆ, ਥਾਣਾ ਮਜੀਠਾ ਰੋਡ। ਸਰ ਸੀਸੀਟੀਵੀ ਦੀ ਇੰਪੋਰਟੈਂਸ ਰਾਸ਼ੀਆ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਨਹੀਂ ਚਾਹੀਦੀ ਵੈਸੇ? ਸੀਸੀਟੀਵੀ ਤਾਂ ਹਰ ਥਾਂ ਹੀ ਚਾਹੀਦਾ, ਹਰ ਇੱਕ ਸ਼ਹਿਰ ਵਾਸੀ ਨੂੰ ਅਸੀਂ ਇਹੋ ਅਪੀਲ ਕਰਦੇ, ਈਵਨ ਕਿ ਘਰਾਂ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਵੀ ਹਰ ਘਰ ਦੇ ਬਾਹਰ ਸੀਸੀਟੀਵੀ ਕੈਮਰਾ ਜ਼ਰੂਰ ਹੋਣਾ ਚਾਹੀਦਾ।